ਹੈਲੋ, ਵੈਲਕਮ ਟੂ ਆਲ ਮਾਈ ਚਿਲਡਰਨ। ਸਾਰੇ ਬੱਚਿਆਂ ਦਾ ਬਹੁਤ ਬਹੁਤ ਸਵਾਗਤ ਹੈ। ਚੌਥੀ ਜਮਾਤ ਦੇ ਸਾਰੇ ਵਿਦਿਆਰਥੀ ਜਿਹੜੇ ਇਸ ਵੀਡੀਓ ਤੱਕ ਪਹੁੰਚੇ ਨੇ, ਵੀਡੀਓ ਨੂੰ ਦੇਖ ਰਹੇ ਨੇ, ਤੁਹਾਡੇ ਅਧਿਆਪਕ ਸਾਥੀਆਂ ਨੇ ਤੁਹਾਡੇ ਤੱਕ ਵੀਡੀਓ ਪੁੱਜਦਾ ਕੀਤੀ ਹੈ। ਮੈਂ ਖੁਦ ਵੀ ਤੁਹਾਡੇ ਤੱਕ ਇਹ ਵੀਡੀਓ ਪਹੁੰਚਾਉਣਾ, ਤੁਹਾਡੇ ਤੱਕ ਪਹੁੰਚੀ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਬੱਚੇ ਮੈਨੂੰ ਜਦੋਂ ਵੀ ਮੈਂ ਸਕੂਲ ਜਾਂਦਾ, ਬੱਚੇ ਮੈਨੂੰ ਮਿਲਦੇ ਹੈ, ਬੱਚੇ ਸਕੂਲ ਵੀ ਆ ਜਾਂਦੇ ਹੈ। ਔਰ ਖੁਸ਼ੀ ਦੀ ਗੱਲ ਹੁੰਦੀ ਹੈ ਕਿ ਜਦੋਂ ਬੱਚੇ ਪੁੱਛਦੇ ਹੈ ਕਿ ਸਰ ਤੁਹਾਡੀ ਵੀਡੀਓ ਆਈ ਸੀ, ਅਸੀਂ ਦੇਖਿਆ ਸੀ, ਸਾਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ, ਜਾਂ ਇਹ ਗੱਲ ਬਹੁਤ ਵਧੀਆ ਲੱਗੀ ਹੈ, ਇਹ ਚੀਜ਼ ਦੀ ਸਾਨੂੰ ਸਮਝ ਲੱਗ ਗਈ ਹੈ, ਤਾਂ ਮੈਨੂੰ ਕਾਫੀ ਖੁਸ਼ੀ ਹੁੰਦੀ ਹੈ। ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ, ਕਾਰਨ ਇਹ ਹੁੰਦਾ ਕਿ ਜਦੋਂ ਵੀ ਮੈਂ ਕੋਈ ਇਸ ਤਰ੍ਹਾਂ ਦਾ ਕੰਮ ਤੁਹਾਡੇ ਵਾਸਤੇ ਤਿਆਰੀ ਕਰਕੇ ਤੁਹਾਡੇ ਤੱਕ ਪਾਉਣਾ, ਪੁੱਜਦਾ ਕਰਦਾ, ਪਹੁੰਚਾਉਂਦਾ ਵਾਂ, ਤਾਂ ਮੈਨੂੰ ਉਦੋਂ ਹੀ ਖੁਸ਼ੀ ਮਿਲਦੀ ਹੈ ਜਦੋਂ ਬੱਚੇ ਰਿਸਪੋਂਸ ਦਿੰਦੇ ਨੇ, ਬੱਚੇ ਅੱਗੋਂ ਦੱਸਦੇ ਨੇ ਕਿ ਅਸੀਂ ਕੰਮ ਕਿਸ ਤਰ੍ਹਾਂ ਕਰ ਰਹੇ ਹਾਂ, ਕੀ ਮੁਸ਼ਕਲ ਆ ਰਹੀ ਹੈ, ਜਾਂ ਕਿੰਨਾ ਸਾਨੂੰ ਸਮਝ ਆ ਗਿਆ, ਕਿੰਨਾ ਹੋਰ ਸਾਨੂੰ ਕਿਸ ਤਰੀਕੇ ਨਾਲ ਸਮਝ ਆ ਸਕਦਾ। ਉਹ ਜਦੋਂ ਮੇਰੇ ਕੋਲ ਪੁੱਛਦੇ ਨੇ ਕਿ ਸਮਝਾਓ, ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਸੋ ਬੱਚਿਓ, ਪਿਛਲੇ ਦਿਨੀ ਅਸੀਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਰਕਸ਼ੀਟਾਂ 'ਤੇ ਕੰਮ ਕਰ ਰਹੇ ਸੀ, ਔਰ ਹਰ ਵਿਸ਼ੇ ਦੀਆਂ ਅਸੀਂ ਘੱਟੋ ਘੱਟ 4 ਵਰਕਸ਼ੀਟਾਂ ਜਿਹੜੀਆਂ ਕੰਪਲੀਟ ਕੀਤੀਆਂ ਸੀ। ਤੁਸੀਂ ਅਗਰ ਉਹ ਵਰਕਸ਼ੀਟਾਂ ਅਜੇ ਤੱਕ ਕੰਪਲੀਟ ਨਹੀਂ ਕੀਤੀਆਂ, ਤਾਂ ਮੇਰਾ ਚੈਨਲ ਆਈ ਥਿੰਕ ਹੈ ਜਿੱਥੇ ਤੁਸੀਂ ਵੀਡੀਓ ਦੇਖ ਰਹੇ ਹੋ, ਆਈ ਥਿੰਕ ਕੰਟੈਂਟ ਦੇ ਉੱਤੇ ਤੁਸੀਂ ਕਲਿੱਕ ਕਰਨਾ ਹੈ, ਔਰ ਆਈ ਥਿੰਕ ਜਿੱਥੇ ਲਿਖਿਆ ਹੈ ਉੱਥੇ ਤੁਸੀਂ ਟੱਚ ਕਰੋਗੇ ਤਾਂ ਮੇਰਾ ਚੈਨਲ ਖੁੱਲ੍ਹੇਗਾ, ਔਰ ਮੇਰੇ ਚੈਨਲ 'ਤੇ ਜਾ ਕੇ ਪਲੇਲਿਸਟ 'ਤੇ ਜਾਣਾ ਹੈ, ਔਰ ਜਿਹੜੇ ਵੀ ਸਬਜੈਕਟ ਦੀ ਤੁਸੀਂ ਵਰਕਸ਼ੀਟ ਦੇਖਣਾ ਚਾਹੁੰਦੇ ਹੋ, ਜਿਹੜੀ ਵੀ ਵਰਕਸ਼ੀਟ ਦੇਖਣਾ ਚਾਹੁੰਦੇ ਹੋ, ਪਹਿਲੀ, ਦੂਸਰੀ, ਤੀਸਰੀ, ਚੌਥੀ, ਕਿਸੇ ਵੀ ਵਿਸ਼ੇ ਦੀ ਦੇਖਣਾ ਚਾਹੁੰਦੇ ਹੋ, ਉਸ ਵਿਸ਼ੇ ਨੂੰ ਤੁਸੀਂ ਕਲਿੱਕ ਕਰਕੇ ਟੱਚ ਕਰਕੇ ਖੋਲ੍ਹ ਲੈਣਾ ਹੈ, ਔਰ ਉਹ ਸਾਰੀਆਂ ਵਰਕਸ਼ੀਟਾਂ ਤੁਹਾਡੇ ਸਾਹਮਣੇ ਆ ਜਾਣਗੀਆਂ, ਤੁਸੀਂ ਅਭਿਆਸ ਕਰ ਸਕਦੇ ਹੋ, ਕਿਉਂਕਿ ਤੁਹਾਡੇ ਐਗਜ਼ਾਮ ਚੱਲ ਰਹੇ ਨੇ, ਤੁਹਾਨੂੰ ਮਦਦ ਮਿਲੇਗੀ, ਔਰ ਨਾਲ ਦੀ ਨਾਲ ਤੁਸੀਂ ਉਸ ਨੂੰ ਕਰਕੇ ਜਿਹੜਾ ਹੈ ਕਾਫੀ ਆਨੰਦਿਤ ਹੋਵੋਗੇ, ਔਰ ਤੁਹਾਡੀ ਹੈਲਪ ਹੋਏਗੀ, ਤੁਸੀਂ ਬੜੀ ਆਸਾਨੀ ਨਾਲ ਜਿਹੜੇ ਹੈ ਆਪਣੇ ਐਗਜ਼ਾਮ ਔਨਲਾਈਨ ਜਿਹੜੇ ਹੈ ਕਰ ਸਕਦੇ ਹੋ। ਉਸ ਤੋਂ ਇਲਾਵਾ ਐਲੋ ਜਾਂ ਪਾਸ ਦੀ ਜਿਹੜੀ ਤਿਆਰੀ ਹੈ, ਉਹ ਵੀ ਤੁਹਾਡੇ ਵਾਸਤੇ ਇਹਨਾਂ ਵਰਕਸ਼ੀਟਾਂ ਦੀ ਮਦਦ ਨਾਲ ਕਾਫੀ ਸਹਾਈ ਹੋਏਗੀ, ਸੋ ਤੁਸੀਂ ਕਰ ਲੈਣਾ। ਸੋ ਅਸੀਂ ਵਾਪਸ ਬੇਟਾ ਆਪਣੇ ਸਿਲੇਬਸ ਵੱਲ ਪਰਤੇ ਹਾਂ, ਆਪਣੇ ਸਿਲੇਬਸ ਨੂੰ ਫਿਰ ਦੁਬਾਰਾ ਸ਼ੁਰੂ ਕਰ ਰਹੇ ਹਾਂ ਜਿੱਥੋਂ ਆਪਾਂ ਛੱਡਿਆ ਸੀ। ਆਪਾਂ ਤੁਹਾਨੂੰ ਅਭਿਆਸ 3 ਦੀ ਇੱਕ ਜਿਹੜੀ ਹੈ ਭਿੰਨਾਂ ਜਿਹੜੀਆਂ ਨੇ, ਜਿਹੜਾ ਸਾਡਾ ਚੈਪਟਰ ਸੀ ਇਹਦੇ ਆਏ ਸੀ ਭਿੰਨਾਂ, ਉਸ ਨੂੰ ਲੈ ਕੇ ਅਸੀਂ ਕੰਮ ਕਰ ਰਹੇ ਸੀ, ਔਰ ਭਿੰਨਾਂ ਦੇ ਚੈਪਟਰ ਅਸੀਂ ਅਭਿਆਸ 3 ਦੀ ਇੱਕ ਜਿਹੜੀ ਉਹ ਕਰ ਲਈ ਸੀ, ਤੁਹਾਡੇ ਸਾਹਮਣੇ ਇਸ ਤਰ੍ਹਾਂ ਨਜ਼ਰ ਆ ਰਿਹਾ। ਮੈਂ ਸਕਰੋਲ ਕਰਕੇ ਨੀਚੇ ਜਾ ਰਿਹਾ, ਇਹ ਸਾਰੇ ਸਵਾਲ ਅਸੀਂ, ਤੁਹਾਨੂੰ ਯਾਦ ਹੋਏਗਾ, ਅਸੀਂ ਕਰ ਲਏ ਸੀ ਭਿੰਨਾਂ ਦੇ, ਔਰ ਇਸ ਤੋਂ ਬਾਅਦ ਅਸੀਂ ਪੇਜ ਨੰਬਰ 86 'ਤੇ ਅਸੀਂ ਆ ਕੇ ਛੱਡਿਆ ਸੀ, 86 ਨੰਬਰ ਪੇਜ ਕਰ ਲਿਆ ਸੀ। ਅੱਜ ਅਸੀਂ ਪੇਜ ਨੰਬਰ 87 ਤੋਂ ਸ਼ੁਰੂ ਕਰਨਾ ਹੈ ਕਿ ਭਿੰਨਾਂ ਦੇ ਜਿਹੜੇ ਗੁਣਾਕ ਨੇ ਉਹ ਕਿਸ ਤਰ੍ਹਾਂ ਬਣਦੇ ਨੇ, ਠੀਕ ਹੈ, ਸਮਾਨ ਭਿੰਨਾਂ ਕਿਸ ਤਰ੍ਹਾਂ ਬਣਾਈਦੀਆਂ ਨੇ, ਇਹ ਸਾਰਾ ਕੁਝ ਆਪਾਂ ਸਿੱਖਾਂਗੇ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਕਿਸੇ ਵੀ ਭਿੰਨ ਨੂੰ ਜਿਹੜਾ ਹੈ ਸਮਾਨ ਬਣਾਉਣਾ ਹੈ ਤਾਂ ਅੰਸ਼ ਅਤੇ ਹਰ ਦੇ ਗੁਣਜ ਲਏ ਜਾਂਦੇ ਹਨ, ਇਹ ਵੀ ਮੈਂ ਤੁਹਾਨੂੰ ਦੱਸਾਂਗਾ, ਲੇਕਿਨ ਉਸ ਤੋਂ ਪਹਿਲਾਂ ਉਦਾਹਰਣ 1 ਜਿਹੜੀ ਆ ਉਸਨੂੰ ਹੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਤੁਹਾਡੇ ਮਾਤਾ ਪਿਤਾ, ਤੁਹਾਡੇ ਵੱਡੇ ਭੈਣ ਭਰਾ ਅਤੇ ਮੇਰੇ ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਥੀ, ਉਹਨਾਂ ਦਾ ਧੰਨਵਾਦ ਅਤੇ ਸਵਾਗਤ ਕਰਦਾ ਹੋਇਆ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਆਰੇ ਬੱਚਿਓ, ਸ਼ੁਰੂ ਕਰਦੇ ਹਾਂ ਹੱਲ ਕਰੋ ਤੋਂ, ਪੇਜ ਨੰਬਰ 86 ਤੋਂ, ਔਰ ਫਿਰ ਅੱਗੇ 87 'ਤੇ ਚੱਲਾਂਗੇ। ਪਹਿਲਾ ਜਿਹੜਾ ਸਾਡੇ ਕੋਲ ਉਦਾਹਰਣ ਹੈ ਉਸਨੂੰ ਹੱਲ ਕਰਦੇ ਹਾਂ, ਗੱਲ ਕਰ ਰਹੇ ਹਾਂ ਭਿੰਨਾਂ ਦੀ। ਅਗਰ ਤੁਸੀਂ ਪਿਛਲਾ ਸਿਲੇਬਸ ਦੀ ਲੜੀ ਜੋੜਨਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਜਾ ਕੇ ਪਲੇਲਿਸਟ 'ਤੇ ਪਿਛਲੀ ਵੀਡੀਓ ਦੇਖ ਸਕਦੇ ਹੋ, ਲਾਸਟ ਜਿੱਥੇ ਮੈਂ ਪੋਸਟ ਕੀਤੀ ਹੈ।
ਵਰਕਸ਼ੀਟਾਂ ਤੋਂ ਬਿਲਕੁਲ ਪਿੱਛੇ ਆਏਗੀ ਉਹ, ਉਸ ਨੂੰ ਦੇਖ ਕੇ ਤੁਸੀਂ ਲੜੀ ਅੱਗੇ ਜੋੜ ਸਕਦੇ ਹੋ ਭਿੰਨਾਂ ਦੀ। ਸੋ ਚਲੋ ਹੱਲ ਕਰਦੇ ਹਾਂ ਉਦਾਹਰਣ ਨੂੰ। ਉਹਨਾਂ ਕਿਹਾ ਕਿ ਹੱਲ ਕਰੋ। ਹੁਣ ਆਪਾਂ ਇਸ ਨੂੰ ਹੱਲ ਕਿਵੇਂ ਕਰਨਾ ਹੈ? ਇਹਦੇ ਵਾਸਤੇ ਉਹਨਾਂ ਕਿਹਾ ਕਿ 2/5 ਦੇ ਬਰਾਬਰ ਕਿਹੜੀ ਭਿੰਨ ਆਏਗੀ ਜਿਸ ਦਾ ਕਿ ਹਾਰ 15 ਹੈ? ਠੀਕ ਹੈ। ਸੋ ਸਮਾਨ ਭਿੰਨਾਂ ਕਰਨ ਦੇ ਵਾਸਤੇ ਆਪਾਂ ਕੀ ਕਰਦੇ ਹਾਂ? ਹਮੇਸ਼ਾ ਯਾਦ ਰੱਖਿਓ, ਅਸੀਂ ਇਸ ਹਾਰ ਨੂੰ 5 ਨਾਲ ਜਿਹੜਾ ਭਾਗ ਕਰਦੇ ਹਾਂ। ਠੀਕ ਹੈ, 5 ਨਾਲ ਇਸ ਨੂੰ ਭਾਗ ਕਰਨਾ ਹੈ। ਜੋ ਸਾਡਾ ਉੱਤਰ ਆਵੇ ਅਸੀਂ ਉਹਨੂੰ ਉੱਪਰਲੇ ਅੰਸ਼ ਨਾਲ ਜਿਹੜਾ ਹੈ ਉਹ ਗੁਣਾ ਕਰ ਦਿੰਦੇ ਹਾਂ। ਠੀਕ ਹੈ, ਯਾਦ ਰੱਖਣਾ। ਸੋ ਇਸ ਤਰ੍ਹਾਂ ਹੀ ਕੀਤਾ ਗਿਆ। ਦੇਖੋ, 15 ਨੂੰ ਜਦੋਂ ਅਸੀਂ 5 ਨਾਲ ਭਾਗ ਕਰਾਂਗੇ ਤਾਂ 3 ਆਏਗਾ। ਠੀਕ ਹੈ, ਔਰ ਜਿਹੜਾ ਅੰਸ਼ ਉੱਪਰ ਹੈ ਇਸ ਨਾਲ ਗੁਣਾ ਕਰਾਂਗੇ ਤਾਂ 6 ਆਏਗਾ। ਸੋ ਇਹੀ ਖਾਨੇ ਵਿੱਚ ਭਰਿਆ ਜਾਏਗਾ ਖਾਲੀ ਸਥਾਨ, ਅਤੇ 6/15 ਜਿਹੜਾ ਹੈ ਉਹ ਉੱਤਰ ਆ ਜਾਏਗਾ। ਠੀਕ ਹੈ, ਇਸ ਨੂੰ ਆਪਾਂ ਕਹਿੰਦੇ ਹਾਂ ਕਿ ਸਮਾਨ ਭਿੰਨਾਂ ਬਣਾਉਣ ਲਈ ਜਿਹੜਾ ਨਿਯਮ ਹੈ ਉਹ ਇਸ ਤਰ੍ਹਾਂ ਹੀ ਕੰਮ ਕਰਦਾ ਹੈ। ਹਾਰ ਨੂੰ ਪਿਛਲੇ ਹਾਰ ਨਾਲ ਭਾਗ ਕਰ ਦੇਣਾ ਹੈ, ਜੋ ਉੱਤਰ ਆਵੇ ਉੱਪਰਲੇ ਅੰਸ਼ ਨਾਲ ਜਿਹੜਾ ਹੈ ਪਹਿਲੀ ਭਿੰਨ ਦੇ ਉੱਪਰਲੇ ਅੰਸ਼ ਨਾਲ ਅਸੀਂ ਉਸਨੂੰ ਗੁਣਾ ਕਰ ਦਿੰਦੇ ਹਾਂ ਤਾਂ ਸਾਡਾ ਉੱਤਰ ਖਾਲੀ ਸਥਾਨ ਵਾਲਾ ਸਾਡੇ ਕੋਲ ਆ ਜਾਂਦਾ ਹੈ। ਠੀਕ ਹੈ, ਆਈ ਹੋਪ ਕਿ ਤੁਹਾਨੂੰ ਸਮਝ ਆਇਆ ਹੋਵੇਗਾ। ਇੱਥੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਸਮਝਾਇਆ ਹੋਇਆ ਹੈ। ਇਹ ਦੇਖੋ, 15 ਨੂੰ ਜਦੋਂ ਅਸੀਂ 5 'ਤੇ ਭਾਗ ਕਰਦੇ ਹਾਂ ਤਾਂ ਸਾਡੇ ਕੋਲ 3 ਆਉਂਦਾ, ਔਰ 3 ਨੂੰ 2 ਨਾਲ ਕਰਦੇ ਹਾਂ ਤਾਂ 6 ਆ ਜਾਂਦਾ। ਲੇਕਿਨ ਅਸੀਂ ਇਸ ਨੂੰ 3 ਨਾਲ ਭਾਗ ਕੀਤਾ, 3 ਆਇਆ ਉੱਤਰ, ਤਾਂ 3 ਨਾਲ ਹੀ ਇਸ ਨੂੰ ਗੁਣਾ ਕੀਤਾ ਗਿਆ ਹੈ, ਗੱਲ ਉਹੀ ਹੈ। ਠੀਕ ਹੈ, ਸੋ ਇਸ ਤੋਂ ਅੱਗੇ ਚੱਲਦੇ ਹਾਂ। ਹੁਣ ਕਿਸੇ ਵੀ ਭਿੰਨ ਨੂੰ ਬਰਾਬਰ ਬਣਾਉਣ ਲਈ ਅੰਸ਼ ਅਤੇ ਹਾਰ ਦੇ ਜਿਹੜੇ ਗੁਣਜ ਲਏ ਜਾਂਦੇ ਆ। ਜਿਸ ਤਰ੍ਹਾਂ ਮੰਨ ਲਓ ਕੋਈ ਭਿੰਨ ਹੋਵੇ, ਇਹਨਾਂ ਨੂੰ ਤੁਸੀਂ ਛੱਡੋ, ਜਿਹੜੀਆਂ ਭਿੰਨਾਂ ਦਿੱਤੀਆਂ ਹੋਈਆਂ ਆਪਾਂ 1 ਮਿੰਟ ਵਾਸਤੇ ਇਹਨਾਂ ਨੂੰ ਛੱਡ ਦਿੰਦੇ ਹਾਂ। ਮੰਨ ਲਓ ਕੋਈ ਭਿੰਨ ਲੈਂਦੇ ਹਾਂ 2 ਅਤੇ 5, ਇਸ ਤੋਂ ਅਗਲੀਆਂ ਭਿੰਨਾਂ ਬਣਾਉਣੀਆਂ ਨੇ। ਠੀਕ ਹੈ, ਅਤੇ ਕਿਹੜੀਆਂ ਬਣਨਗੀਆਂ, ਕਿਸ ਤਰ੍ਹਾਂ? ਹੁਣ 2 ਦਾ ਆਪਾਂ ਅਗਲਾ ਗੁਣਜ ਲਵਾਂਗੇ, 2 × 2 = 4, ਅਤੇ 5 ਦਾ ਅਗਲਾ ਗੁਣਜ ਕੀ ਹੋਏਗਾ, 5 × 2 = 10। ਇਹ ਅਗਲੀ ਭਿੰਨ ਬਣ ਜਾਏਗੀ। ਇਸ ਤਰ੍ਹਾਂ ਹੀ 2 ਦਾ ਅਗਲਾ ਗੁਣਜ ਕੀ ਹੋਏਗਾ, 6, ਔਰ 5 ਦਾ ਅਗਲਾ ਗੁਣਜ ਕੀ ਹੋਏਗਾ, 15। ਇਸ ਤਰ੍ਹਾਂ ਹੀ ਅਗਲਾ ਗੁਣਜ 2 ਦਾ 8 ਔਰ 5 ਦਾ 20। ਇਸ ਤਰ੍ਹਾਂ ਹੀ 2 ਦਾ ਅਗਲਾ ਗੁਣਜ 10 ਔਰ 5 ਦਾ 25 ਹੋਏਗਾ। ਕਹਿਣ ਦਾ ਭਾਵ ਇਹ ਕਿ ਅਸੀਂ ਸਮਾਨ ਭਿੰਨਾਂ ਅਗਰ ਬਣਾਉਣੀ ਹੈ ਤਾਂ ਅੰਸ਼ ਦੇ ਵੀ ਅਸੀਂ ਪਹਾੜੇ ਪੜਾਂਗੇ ਅਗਲੇ, ਔਰ ਹਰ ਦੇ ਵੀ ਪਹਾੜੇ ਪੜਾਂਗੇ। ਬਹੁਤ ਸਿੰਪਲ ਭਾਸ਼ਾ ਵਿੱਚ ਇਸ ਤਰ੍ਹਾਂ ਹੀ ਸਮਝਿਆ ਜਾ ਸਕਦਾ ਹੈ। ਠੀਕ ਹੈ, ਅੰਸ਼ ਅਤੇ ਹਰ ਦੇ ਪਹਾੜੇ ਪੜੀ ਜਾਵਾਂਗੇ ਅੱਗੇ, ਤਾਂ ਸਮਾਨ ਭਿੰਨਾਂ ਜਿਹੜੀਆਂ ਸਾਡੀਆਂ ਬਣਦੀਆਂ ਜਾਣਗੀਆਂ। ਠੀਕ ਹੈ, ਇਹ ਵੀ ਤੁਹਾਨੂੰ ਪਤਾ ਲੱਗ ਗਿਆ ਹੋਣਾ। ਸੋ ਮੈਨੂੰ ਆਸ ਹੈ ਕਿ ਤੁਹਾਨੂੰ ਇੱਥੇ ਤੱਕ ਸਮਝ ਆ ਗਈ ਹੋਏਗੀ। ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਇੱਕ ਚਾਰਟ ਬਣਾਉਣ ਲਈ ਦੱਸਿਆ, ਭਿੰਨਾਂ ਦਾ ਚਾਰਟ ਬਣਾਉਣਾ ਹੈ, ਭਿੰਨਾਤਮਕ ਚਾਰਟ ਜਿਹੜਾ ਹੈ ਉਹ ਬਣਾਉਣਾ ਹੈ। ਕੋਈ ਕਨਫਿਊਜ਼ ਹੋਣ ਦੀ ਲੋੜ ਨਹੀਂ, ਸਿੰਪਲੀ ਤੁਸੀਂ ਬਸ ਇੱਥੇ ਆ ਜਾਣਾ ਹੈ, ਔਰ ਤੁਸੀਂ ਕੀ ਕਰਨਾ ਹੈ, ਕੋਈ ਵੀ ਚਾਰਟ ਲੈਣੇ ਨੇ 4 ਰੰਗਾਂ ਦੇ, ਲਾਲ ਰੰਗ ਦਾ, ਪੀਲੇ ਰੰਗ ਦਾ, ਨੀਲੇ ਰੰਗ ਦਾ, ਹਰੇ ਰੰਗ ਦਾ, ਤਾਂ ਉਸਨੂੰ ਇਸ ਤਰ੍ਹਾਂ ਹੀ ਕੱਟ ਲੈਣਾ ਹੈ ਜਿਸ ਤਰ੍ਹਾਂ ਉਹਨਾਂ ਨੇ ਕੱਟਿਆ ਹੈ। ਠੀਕ ਹੈ, ਪਹਿਲੇ ਦੇ ਵਿੱਚ ਪੂਰਾ ਲਾਲ ਰੰਗ ਦਾ ਚਾਰਟ ਤੁਸੀਂ ਇੱਕ ਤਿਆਰ ਕਰ ਲੈਣਾ ਹੈ, ਉਹ ਭਿੰਨ ਬਣ ਜਾਏਗੀ 1/1। ਕਹਿਣ ਦਾ ਭਾਵ ਕਿ ਇੱਕੋ ਹੀ ਰੰਗ ਹੈ, ਇੱਕੋ ਹੀ ਹਿੱਸੇ ਵਿੱਚ ਉਸਨੂੰ ਵੰਡਿਆ ਗਿਆ ਹੈ, ਮਤਲਬ 1/1 ਜਾਂ ਅੰਸ਼ 1 ਹਰ ਵੀ 1। ਦੂਸਰੇ ਚਾਰਟ ਦੇ ਵਿੱਚ ਤੁਸੀਂ
ਅੱਧੇ ਚਾਰਟ ਨੂੰ ਪੀਲਾ ਰੰਗ ਕਰ ਲੈਣਾ ਹੈ ਅੱਧੇ ਹਿੱਸੇ ਨੂੰ, ਔਰ ਅੱਧੇ ਨੂੰ ਚਿੱਟਾ ਰਹਿਣ ਦੇਣਾ ਹੈ। ਇਹ ਬਣ ਜਾਏਗੀ 2/2। ਕਹਿੰਦਾ ਭਾਵ ਕਿ ਇਹਦੇ 2 ਹਿੱਸੇ ਕੀਤੇ ਨੇ, ਠੀਕ ਹੈ, ਔਰ ਉਸ ਤੋਂ ਬਾਅਦ 3 ਹਿੱਸੇ ਕੀਤੇ ਨੇ ਚਾਰਟ ਦੇ। ਤੁਸੀਂ ਜਿਹੜੇ ਹੈ ਉਹ 3 ਹਿੱਸੇ ਕਰ ਲੈਣੇ ਨੇ, 1, 2, 3, ਔਰ 1 ਹਿੱਸੇ ਵਿੱਚ ਨੀਲਾ ਰੰਗ ਕਰ ਲੈਣਾ ਹੈ। ਉਹ ਬਣ ਜਾਏਗੀ 3/3। ਇਸ ਤਰ੍ਹਾਂ ਹੀ ਚਾਰਟ ਇੱਕ ਹੋਰ ਲੈਣਾ ਹੈ, ਉਸਦੇ 4 ਹਿੱਸੇ ਕਰਨੇ ਨੇ, 1 ਹਿੱਸੇ ਵਿੱਚ ਹਰਾ ਰੰਗ ਜਿਹੜਾ ਕਰ ਲੈਣਾ, ਉਹ ਬਣ ਜਾਏਗਾ 4/4। ਸੋ ਇਹ ਭਿਨਾਤਮਕ ਚਾਰਟ ਤੁਹਾਡਾ ਬਣ ਜਾਏਗਾ, ਬਹੁਤ ਹੀ ਸਿੰਪਲ ਅਤੇ ਸੌਖਾ ਹੈ। ਔਰ ਇਹਦਾ ਉੱਤਰ ਹਮੇਸ਼ਾ ਬੇਟਾ 1 ਹੀ ਆਏਗਾ, ਇਹ ਯਾਦ ਰੱਖਣਾ। ਚਾਰਟ ਜਿਹੜਾ ਉੱਪਰ ਬਣਾਇਆ ਹੈ, ਇਸ ਨੂੰ ਜਦੋਂ ਅਸੀਂ ਭਿਨਾਤਮਕ ਗੁਣਾ ਕਰਾਂਗੇ ਤਾਂ ਉੱਤਰ ਇਹਦਾ ਜਿਹੜਾ ਹੈ 1 ਹੀ ਆਏਗਾ। ਉਦਾਹਰਣ ਦੇ ਤੌਰ 'ਤੇ ਆਪਾਂ ਫਿਰ ਦੁਬਾਰਾ ਚੱਲਦੇ ਹਾਂ, ਜਿਸ ਤਰ੍ਹਾਂ ਇਹਨਾਂ ਦੋਵਾਂ ਨੂੰ ਅਸੀਂ ਆਪੋ ਵਿੱਚ ਦੀ ਭਾਗ ਕਰਦੇ ਹਾਂ, ਕਿਉਂਕਿ ਭਿੰਨ ਦਾ ਮਤਲਬ ਭਾਗ ਹੁੰਦਾ, ਤਾਂ ਉੱਤਰ 1 ਆਏਗਾ। ਇਸ ਤਰ੍ਹਾਂ 2 ਨੂੰ 2 ਨਾਲ ਭਾਗ ਕਰਾਂਗੇ ਤਾਂ ਵੀ ਉੱਤਰ 1 ਆਏਗਾ, 3 ਨੂੰ 3 ਨਾਲ ਭਾਗ ਕਰਾਂਗੇ ਤਾਂ ਵੀ ਉੱਤਰ 1 ਆਏਗਾ, ਇਸ ਤਰ੍ਹਾਂ 4 ਨੂੰ 4 ਨਾਲ ਭਾਗ ਕਰਾਂਗੇ ਤਾਂ ਵੀ ਉੱਤਰ 1 ਹੀ ਹਮੇਸ਼ਾ ਆਏਗਾ, ਠੀਕ ਹੈ। ਸੋ ਅੱਗੇ ਬੇਟਾ ਹੁਣ ਆਪਾਂ ਅਭਿਆਸ ਸ਼ੁਰੂ ਕਰਨੀ ਹੈ। ਅਭਿਆਸ ਹੈ 3/2। ਸ਼ੁਰੂ ਕਰਦੇ ਹਾਂ, ਉੱਪਰ ਆਪਾਂ ਸਿੱਖ ਆਏ ਹਾਂ ਕਿ ਭਿਨਾਤਮਕ ਸੰਖਿਆਵਾਂ ਕੀ ਨੇ, ਭਿਨਾਤਮਕ ਸੰਖਿਆਵਾਂ ਕਿਵੇਂ ਬਣਦੀਆਂ ਨੇ, ਸਾਂਝੀਆਂ ਭਿੰਨਾਂ ਦੇ ਗੁਣਾਕ ਕਿਵੇਂ ਬਣਦੇ ਨੇ, ਅਗਲੀਆਂ ਭਿੰਨਾਂ ਕਿਵੇਂ ਬਣਾਈਆਂ ਜਾਂਦੀਆਂ ਨੇ, ਭਿਨਾਤਮਕ ਚਾਰਟ ਕਿਵੇਂ ਬਣਾਇਆ ਜਾਂਦਾ, ਇਹ 4 ਗੱਲਾਂ ਅਸੀਂ ਸਿੱਖ ਆਏ ਹਾਂ। ਹੁਣ ਅਸੀਂ ਪ੍ਰਸ਼ਨ ਸ਼ੁਰੂ ਕਰਾਂਗੇ ਅਭਿਆਸ 3/2 ਦੇ। ਪਹਿਲਾ ਪ੍ਰਸ਼ਨ ਜਿਹੜਾ ਹੈ ਉਹ ਤੁਹਾਡੇ ਸਾਹਮਣੇ ਹੈ। ਹੇਠਾਂ ਦਿੱਤੇ ਚਿੱਤਰਾਂ ਵਿੱਚ ਇਸ ਤਰ੍ਹਾਂ ਰੰਗ ਭਰੋ ਕਿ ਉਹ ਸਮਾਨ ਭਿੰਨਾਂ ਬਣ ਜਾਣ, ਉਹਨਾਂ ਦੀ ਭਿੰਨ ਹੇਠਾਂ ਦਿੱਤੇ ਖਾਨੇ ਵਿੱਚ ਲਿਖੋ, ਠੀਕ ਹੈ। ਹੁਣ ਸਮਾਨ ਭਿੰਨਾਂ ਬਣ ਜਾਣ, ਸਮਾਨ ਭਿੰਨਾਂ ਦਾ ਕੀ ਮਤਲਬ ਹੁੰਦਾ? ਇੱਕੋ ਜਿਹੀਆਂ ਭਿੰਨਾਂ, ਠੀਕ ਹੈ। ਜਿਸ ਤਰ੍ਹਾਂ ਇਹ 1/1 ਹੈ, 1/3 ਹੈ ਸੋਰੀ। ਸੋ ਇਸ ਤੋਂ ਅਗਲੀ ਭਿੰਨ, ਮਤਲਬ ਇਸ ਤੋਂ ਅਗਲੀ ਭਿੰਨ ਵੀ ਜਿਹੜੀ ਹੈ ਸੇਮ ਉਸੇ ਤਰ੍ਹਾਂ ਹੀ ਬਣੇ। ਉਦਾਹਰਣ ਦੇ ਤੌਰ 'ਤੇ ਜਿਵੇਂ 1/3 ਹੈ ਅਤੇ ਰੰਗ ਭਰਨ ਵਾਸਤੇ ਕਿਹਾ ਗਿਆ ਹੈ, ਤਾਂ ਮੈਂ ਮੰਨ ਲਓ ਪਹਿਲੀ ਭਿੰਨ ਦੇ ਵਿੱਚ 1/3 ਇਸ ਨੂੰ ਬਣਾਉਣਾ ਹਾਂ, ਤਾਂ ਮੈਂ 1 ਹਿੱਸੇ 'ਚ ਲਾਲ ਰੰਗ ਕਰਤਾ ਹੈ ਔਰ ਕੁੱਲ ਹਿੱਸੇ ਨੇ 3, 1, 2 ਅਤੇ 3, ਉਹ ਥੱਲੇ ਹਾਰ ਦੇ ਰੂਪ 'ਚ ਲਿਖੇ ਨੇ, ਉਹਨਾਂ 'ਚੋਂ 1 ਹਿੱਸਾ ਲਾਲ ਹੈ, ਇਹ ਬਣ ਗਈ 1/3। ਹੁਣ ਅਗਲੀ ਭਿੰਨ ਜਿਹੜੀ ਹੈ ਉਹ ਵੀ 1/3 ਹੀ ਬਣਨੀ ਚਾਹੀਦੀ ਹੈ, ਜਾਂ ਇਸ ਦਾ ਗੁਣਾਕ ਬਣਨਾ ਚਾਹੀਦਾ ਹੈ, ਕਿਉਂਕਿ ਉੱਤਰ ਤਾਂ 1/3 ਹੀ ਆਏਗਾ, ਠੀਕ ਹੈ ਨਾ। ਗੁਣਾਕ ਮਤਲਬ ਇੱਥੇ 2 ਆ ਸਕਦਾ ਹੈ 1 ਦੀ ਜਗ੍ਹਾ, ਔਰ 3 ਦੀ ਜਗ੍ਹਾ 6 ਆ ਸਕਦਾ ਹੈ, 1 × 2 ਅਤੇ 3 × 6 ਹੋ ਜਾਂਦਾ, ਯਾਨੀ ਕਿ 2/6 ਵੀ ਬਣ ਸਕਦੀ ਹੈ। ਸੋ ਆਪਾਂ ਹੁਣ ਅਗਲੀ ਭਿੰਨ ਜਿਹੜੀ ਹੈ ਉਸਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਸਮਾਨ ਭਿੰਨ 1/3 ਹੀ ਬਣਾਉਣੀ ਹੈ, ਯਾਨੀ ਕਿ ਹੁਣ ਇਹ 6 ਹੈ, ਇਹਦਾ ਮਤਲਬ ਅੱਗੇ 3 ਖਾਨੇ ਸੀ, 3 ਹਿੱਸੇ ਸੀ, ਤਾਂ ਆਪਾਂ ਥੱਲੇ 3 ਲਿਖਤਾ। ਹੁਣ ਆਪਣੇ ਕੋਲ ਜਿਹੜਾ ਹੈ ਟੋਟਲ 6 ਹਿੱਸੇ ਨੇ, ਥੱਲੇ ਆਪਾਂ 6 ਹਿੱਸੇ ਲਿਖਾਂਗੇ, ਲੇਕਿਨ ਉੱਪਰ ਕਿੰਨੇ ਲਿਖਾਂਗੇ? 6ਾਂ ਵਿੱਚੋਂ ਅੱਗੇ 3ਾਂ ਵਿੱਚੋਂ 1 ਹਿੱਸਾ ਸੀ ਲਾਲ, ਹੁਣ 6ਾਂ ਵਿੱਚੋਂ ਫਿਰ ਕਿੰਨੇ ਹਿੱਸੇ ਹੋਣਗੇ ਲਾਲ? 2 ਹਿੱਸੇ ਹੋਣਗੇ। ਸੋ ਤੁਸੀਂ ਵਧੀਆ ਤਰੀਕੇ ਨਾਲ ਰੰਗ ਭਰ ਸਕਦੇ ਹੋ ਬੇਟਾ, ਕਿਉਂਕਿ ਮੈਂ
ਸਕਰੀਨ 'ਤੇ ਜਦੋਂ ਲਿਖਦਾ ਹਾਂ ਕਲਰ ਕਰਦਾ ਹਾਂ ਤਾਂ ਇੱਧਰ ਉੱਧਰ ਜਾਣੇ ਨੇ ਕਿਉਂਕਿ ਸਕਰੀਨ ਦਾ ਮਸਲਾ ਹੈ, ਪੋਟੀ ਨਾਲ ਲਿਖਿਆ ਨਹੀਂ ਜਾਂਦਾ। ਸੋ ਤੁਸੀਂ ਸਹੀ ਕਰਨਾ ਹੈ। ਸੋ ਇਹ ਹੈ 2/6 ਪਿੰਨ ਸਮਾਨ ਹੀ ਹੈ। ਕਿਉਂ ਸਮਾਨ ਹੈ? ਕਿਉਂਕਿ ਇਸ ਦੀ ਕਟਿੰਗ ਕਰਾਂਗੇ 2 × 2 ਅਤੇ 2 × 3 = 6, ਮਤਲਬ 1/3 ਹੀ ਬਣੇਗਾ। ਇਹ ਸਮਾਨ ਪਿੰਨ ਬਣ ਗਈ ਹੈ, ਠੀਕ ਹੈ। ਤੁਸੀਂ ਇਸ ਨੂੰ ਲਿਖ ਸਕਦੇ ਹੋ। ਇਸ ਤੋਂ ਅੱਗੇ ਹੈ 3/4, ਔਰ 3/4 ਦਾ ਮਤਲਬ ਕਿ ਥੱਲੇ 4 ਭਾਗ ਨੇ ਔਰ 1, 2, 3, 4 ਨੇ, ਲੇਕਿਨ ਉੱਪਰਲੇ 3 ਭਾਗ ਅਸੀਂ ਜਿਹੜੇ ਹੈ ਉਹ ਕਲਰ ਕਰ ਦੇਣੇ ਨੇ। ਸੋ ਉੱਪਰਲੇ 3 ਭਾਗ ਅਸੀਂ ਕਲਰ ਕਰਤੇ, ਇਹ ਪਿੰਨ ਬਣ ਗਈ 3/4। ਹੁਣ ਅਗਲੀ ਵੀ 3/4 ਬਣਨੀ ਚਾਹੀਦੀ ਹੈ, ਲੇਕਿਨ ਅਗਲੇ ਬੰਨੇ ਟੋਟਲ ਹਿੱਸੇ ਨੇ 8, ਇੱਥੇ ਟੋਟਲ ਹਿੱਸੇ 4 ਸੀ, ਉੱਥੇ ਹਿੱਸੇ ਨੇ 8, ਥੱਲੇ ਆਪਾਂ 8 ਲਿਖਾਂਗੇ, ਲੇਕਿਨ ਇੱਥੇ 3 ਸੀ, ਕਿਉਂਕਿ 4 ਦਾ ਦੂਣਾ 8 ਹੋ ਗਿਆ, 4 × 8 ਹੋ ਗਿਆ, ਇਹਦਾ ਮਤਲਬ 3 ਦਾ ਵੀ ਦੂਣਾ ਹੋਏਗਾ, 3 × 6। ਕਹਿੰਦਾ ਭਾਵ ਇਹ ਕਿ ਉਹਦੇ ਵਿੱਚ 6 ਭਾਗ ਜਿਹੜੇ ਨੇ ਉਹ ਕਲਰਫੁੱਲ ਹੋਣਗੇ। 4 ਆਪਾਂ ਇਹ ਕਰਦੇ ਹਾਂ, 2 ਇਹ ਕਰਦੇ ਨੇ, ਸੋ ਇਹ ਸਮਾਨ ਪਿੰਨ ਬਣ ਜਾਏਗੀ, ਠੀਕ ਹੈ ਬੱਚੇ। ਇਸ ਨੂੰ ਨੋਟ ਕਰ ਲਓ ਸਾਰੇ ਨੂੰ। ਅੱਗੇ ਹੈ ਬੇਟਾ ਪ੍ਰਸ਼ਨ ਨੰਬਰ 2। ਹੇਠਾਂ ਦਿੱਤੀਆਂ ਪਿੰਨਾਂ ਵਿੱਚ ਹਰੇਕ ਪਿੰਨ ਲਈ ਅਗਲੀਆਂ 5 ਸਮਾਨ ਪਿੰਨਾਂ ਲਿਖਣੀਆਂ ਨੇ। ਉੱਪਰ ਅਸੀਂ ਪੜ੍ਹ ਕੇ ਆਏ ਹਾਂ ਕਿ ਸਮਾਨ ਪਿੰਨਾਂ ਕਿਸ ਤਰ੍ਹਾਂ ਬਣਦੀਆਂ ਨੇ ਅਗਲੀਆਂ 5। ਸੋ ਚਲੋ ਊੜੇ ਦੀ ਲਿਖਦੇ ਹਾਂ। ਸਭ ਤੋਂ ਪਹਿਲਾਂ 1/2 ਹੈ, ਅਗਲੀਆਂ ਸਮਾਨ 5 ਪਿੰਨਾਂ ਬਣਾਉਣੀਆਂ ਨੇ ਅਸੀਂ, ਠੀਕ ਹੈ। ਸੋ 1 ਦਾ ਦੂਣਾ ਕਿੰਨਾ ਹੋਏਗਾ? 2, ਔਰ 2 × 4, ਇਸ ਤਰ੍ਹਾਂ ਹੀ 3, ਔਰ 2 ਦਾ ਭਾੜਾ 3 ਆ ਗਿਆ, 6, 2 × 3 = 6, ਫਿਰ ਆਏਗਾ 4, ਔਰ ਥੱਲੇ ਆਏਗਾ 8, ਇਸ ਤਰ੍ਹਾਂ ਹੀ ਬੇਟਾ 5, ਹਾਰ ਆਏਗ�ا 10, 6 ਹਾਰ ਆਏਗਾ 12, ਮਤਲਬ ਇਹਦਾ ਮਤਲਬ 1/2 ਹੀ ਹੋਏਗਾ, ਕਿਉਂਕਿ ਜੇ ਤੁਸੀਂ ਕਟਿੰਗ ਕਰਦੇ ਜਾਵਾਂਗੇ, ਦੇਖੋ 2 × 2 2 × 4 ਹੈ ਨਾ 1/2, 3 × 3 2 × 3 6, ਮਤਲਬ ਇਹ ਕਿ 1/2 ਹੀ ਹਰ ਇੱਕ ਹਿੱਸੇ ਵਿੱਚ ਲਿਖਿਆ ਜਾਏਗਾ। ਇਹ ਅਗਲੀਆਂ 5 ਜਿਹੜੀਆਂ ਨੇ ਉਹ ਸਮਾਨ ਪਿੰਨਾਂ ਨੇ, ਠੀਕ ਹੈ। ਇਹ ਸੀ ਪਹਿਲੇ ਸਵਾਲ ਦਾ ਉੱਤਰ। ਹੁਣ ਇਸ ਨੂੰ ਤੁਸੀਂ ਨੋਟ ਕਰ ਲਓ ਵੀਡੀਓ ਪੌਜ਼ ਕਰਕੇ। ਅੱਗੇ ਹੈ ਪ੍ਰਸ਼ਨ ਐੜਾ 3/4। ਉੱਪਰ ਅਸੀਂ 3 ਦਾ ਪਾੜਾ ਅਤੇ ਥੱਲੇ 4 ਦਾ ਪਾੜਾ ਅੱਗੇ ਪੜ੍ਹੀ ਜਾਵਾਂਗੇ ਅਤੇ ਸਮਾਨ ਪਿੰਨਾਂ ਬਣੀ ਜਾਣਗੀਆਂ। ਤਿੰਨ × 6, 4 × 8, 3 × 3 = 9, 4 × 3 = 12, 3 × 4 = 12, 4 × 4 = 16, 3 × 5 = 15, 4 × 5 = 20, ਔਰ 3 × 6 = 18, 4 × 6 = 24। ਇਹ ਸਾਰੀਆਂ ਸਮਾਨ ਪਿੰਨਾਂ ਬਣ ਜਾਣਗੀਆਂ। ਉੱਤਰ ਆਏਗਾ 3/4 ਹੀ ਸਾਰੀਆਂ ਪਿੰਨਾਂ ਦਾ ਹੀ, ਕਿਸੇ ਵੀ ਪਿੰਨ ਨੂੰ ਭਾਗ ਕਰਕੇ ਵੇਖ ਲਓ, ਠੀਕ ਹੈ, ਉਹ 3/4 ਹੀ ਆਵੇਗੀ। ਅਗਲਾ ਹੈ 1/3।
ਇਸ ਨੂੰ ਲੈ ਲੈਂਦੇ ਹਾਂ, ਨੋਟ ਕਰ ਲਓ ਪਹਿਲਾਂ ਇਹ। ਅਗਲਾ ਹੈ 1/3, ਇਸ ਦੀਆਂ 5 ਸਮਾਨ ਪਹਿਲਾਂ ਬਣਾਵਾਂਗੇ। 2, 6, 3 × 2 = 6, 3, 3 × 3 = 9, 4, 3 × 4 = 12, ਮਤਲਬ ਕਿ ਅਸੀਂ 3 ਦਾ ਪਹਾੜਾ ਪੜ੍ਹਨਾ, ਉੱਪਰ 1 ਦਾ ਪਹਾੜਾ ਪੜ੍ਹਨਾ, ਯਾਦ ਰੱਖਣਾ। 5, 3 × 5 = 15, 6, 6 × 3 = 18, ਇਹ ਅਗਲੀਆਂ 5 ਸਮਾਨ ਪਿੰਨਾਂ ਸਾਡੇ ਕੋਲ ਪ੍ਰਾਪਤ ਹੋ ਗਈਆਂ। ਠੀਕ ਹੈ, ਨੋਟ ਕਰੋ। ਅੱਗੇ ਸਾਡੇ ਕੋਲ ਪਿੰਨ 2/5, ਪਿੰਨ 2/5 ਜਿਹੜੀ ਹੈ ਬੇਟਾ, ਇਸ ਦੀਆਂ ਵੀ ਅਗਲੀਆਂ 5 ਸਮਾਨ ਪਿੰਨਾਂ ਲਿਖਾਂਗੇ। 2 ਦਾ ਪਹਾੜਾ ਉੱਪਰਲਾ ਪੜ੍ਹਨਾ ਸ਼ੁਰੂ ਕਰਾਂਗੇ। 2 × 2 = 4, 2 × 3 = 6, ਹੁਣ ਸਿੱਧਾ ਲਿਖੀ ਜਾਵਾਂਗੇ। 2 × 4 = 8, 2 × 5 = 10, 2 × 6 = 12। ਹੁਣ 5 ਦਾ ਪਹਾੜਾ ਥੱਲੇ ਪੜ੍ਹੀ ਜਾਵਾਂਗੇ। 5 × 2 = 10, 5 × 3 = 15, 5 × 4 = 20, 5 × 5 = 25, 5 × 6 = 30। ਠੀਕ ਹੈ, ਇਹ ਸਾਡੇ ਕੋਲ ਅਗਲੀਆਂ ਸਮਾਨ 5 ਪਿੰਨਾਂ ਜਿਹੜੀਆਂ ਉਹ ਬਣ ਕੇ ਸਾਹਮਣੇ ਆ ਗਈਆਂ। ਸੋ ਇਹ ਸੀ ਬੇਟਾ ਸਵਾਲ ਨੰਬਰ 1 ਅਤੇ 2, ਕਿਉਂਕਿ ਵੀਡੀਓ ਲੰਬੀ ਹੋ ਜਾਏਗੀ। ਅਗਲੀ ਵੀਡੀਓ ਵਿੱਚ ਆਪਾਂ ਅਗਲੇ ਸਵਾਲ ਲਵਾਂਗੇ। ਅਧਿਆਪਕ ਸਾਥੀਆਂ ਨੂੰ ਬੇਨਤੀ ਹੈ ਕਿ ਵੀਡੀਓ ਜ਼ਰੂਰ ਸ਼ੇਅਰ ਕਰੋ ਜੀ, ਔਰ ਬੱਚਿਓ ਆਪਣੀਆਂ ਗਣਿਤ ਦੀ ਦੁਨੀਆ ਜਿਹੜੀ ਪੁਸਤਕ ਹੈ ਉਸਨੂੰ ਵੇਖ ਕੇ ਤੁਸੀਂ ਆਪਣੇ ਕਾਪੀਆਂ 'ਤੇ ਸਵਾਲ ਹੱਲ ਕਰਨੇ ਨੇ, ਅਭਿਆਸ ਕਰਨੀ ਹੈ। ਜੋ ਗਣਿਤ 'ਤੇ ਕੰਮ ਕਰਨਾ ਹੈ ਕਲਰਿੰਗ ਦਾ, ਉਹ ਤੁਸੀਂ ਰੰਗਾਂ ਦਾ ਕਰ ਸਕਦੇ ਹੋ, ਭਰਨਾ ਹੈ ਰੰਗ ਜਿਹੜੇ ਪਿੰਨਾਂ ਵਿੱਚ, ਔਰ ਇਹ ਕੰਮ ਕਾਪੀਆਂ 'ਤੇ ਜ਼ਰੂਰ ਕਰਨਾ ਹੈ। ਠੀਕ ਹੈ ਬੇਟਾ, ਸੋ ਇਸ ਆਸ ਦੇ ਨਾਲ ਕਿ ਆਪਣੇ ਘਰਾਂ 'ਚ ਸੇਫ ਅਤੇ ਸੁਰੱਖਿਅਤ ਹੋ, ਇਸ ਤਰ੍ਹਾਂ ਹੀ ਪਰਮਾਤਮਾ ਤੁਹਾਡੇ 'ਤੇ ਕਿਰਪਾ ਕਰਦਾ ਰਹੇ, ਤੁਸੀਂ ਤੰਦਰੁਸਤ ਰਹੋ। ਇਸ ਆਸ ਦੇ ਨਾਲ ਇਸ ਵੀਡੀਓ ਸਮਾਪਤ ਕਰ ਰਹੇ ਹਾਂ, ਅਗਲੀ ਵੀਡੀਓ 'ਚ ਫਿਰ ਮਿਲਾਂਗੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।